सोनू पहलवान पैरा मीता तरन तरन बचाओ उधर बिंदा पहलवान पड़ा सो तीनों कमेंटेटर वाले सौ सौ रुपए के बड़े मासला पौधे कर रहा बहुत बहुत धन्यवाद है रविंद्र कोपा जी वासु ने एक बार संपर्क बढ़ावे ते नाली कोपा साडा भरा ਬਈ ਬੈਣੇ ਵਾਲਾ ਕਿਹੜਾ ਪਹਿਲਵਾਨ ਆ ਸੋਨੂੰ ਔਰ ਦੇਖੋ ਰੈਫਰੀ ਖੜਾ ਮੈਨੂੰ ਦਿਖਦਾ ਤੁਹਾਨੂੰ ਦਿਖਿਆ ਨਹੀਂ ਮੀਤਾ ਤਰਨ ਤਰਨ ਰਾਜਾ ਬਾਬਾ ਫਲਾਈ ਮੀਤਾ ਤੁਮ ਛੜੀ ਤਿਆਰ ਹੋ ਜਾਓ ਮਨੀ ਕਿੰਨਾ ਟਾਈਮ ਰਹਿੰਦਾ ਇਹਨਾਂ ਦਾ ਵਾੜਦੇ ਆ ਇੱਕ ਮਿੰਟ ਦੇ ਕਰੋ ਵਾੜਦੇ ਨਹੀਂ ਤਾਂ ਛੜਾ ਦੇ ਕਰੋ ਬਈ ਰਾਜਾ ਬਲਾੜੀ ਪਹਿਲਵਾਨ ਆ ਵਿੱਚ ਮੀਤਾ ਤੁਮ ਛੜੀ कुश्ती दे बहुत वड्डे उगे प्रमोटर भाई बिन्ना वैदवान धनास वाले उगे समाज सेवक ने वड्डे वड्डे कुश्ती दंगल करवाउंदे ने उन्हां वल्लों भी साडे तिने कमेंटेटरां दे लई सौ सौ रुपये के बड़े माण किए गए ने असि तहे दिलों धन्यवाद करते भाई बेनती है पहलवान जस्सा पट्टी के छोटा सोनू दिल्ली एक बार जरूर स्टेज को आ जाओ गेड़ा भावे ना आयो बेनती है दोनों पहलवान आ जाओ इधर हिम्मत साडा भरा हिम्मत सरपंच बसेड़िया वाला भी चेचे तौर पर पुजो है निकी जी हार्दिक स्वागत है इधर पप्पू पहलवान ने 500 डंड लाया है ਇਹ ਨਾ ਸੁਣ ਸਕਦਾ ਨਾ ਬੋਲ ਸਕਦਾ ਇਹਦਾ ਵੀ ਮਾਸੂਮ ਮਨ ਕਰਦਾ ਕਿਹੜਾ ਲਾਊਗਾ ਨੋਟ ਕਰਿਓ ਅਗਲੀ ਕੁਸ਼ਤੀ ਜਿਹੜੀ ਹੋਣੀ ਹੈ ਮੀਤਾ ਡੁੱਬ ਛੜੀ ਤੇ ਸੱਤੂ ਬਾਲਵਾਨ ਹੈ ਬਾਬਾ ਫਲਾਈ ਰਾਜੇ ਬਾਲੀ ਸਰ ਰਾਜਾ ਬਾਬਾ ਫਲਾਈ ਤੇ ਮੀਤਾ ਡੁੱਬ ਛੜੀ ਇਹ ਕੁਸ਼ਤੀ ਹੈ ਆਰਡਰ ਸਾਡੇ ਜੱਸਾ ਜੀ ਕਤਰਾੜੀ ਬਾਲ ਬਹੁਤ ਵਧੀਆ ਸੇਵਾ ਨਿਭਾਰੇ ਇਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਵਧੀਆ ਕੁਸ਼ਤੀਆਂ बहुत वधिया माहौल बाबा दीपा जी नूं बेनती करदा वी झंडी वाले भलवाना की हत्थ जोड़ी करवा के आपां जेड़ा कढ़ाईए जी आपां इन्हां दा चक्कर करवाईए कुश्ती प्रेमी नाल पहला मार करनगे बाद कुश्ती करवाई जाने की कह कहिंदे गेड़ा नहीं लाउणा जी तलवीर जी भाई इक वार दोनों पहलवान प्लीज स्टेज ते पुज्जो बेनती है दोनों पहलवान स्टेज ते पुज्जो बेनती है ते राजा पहलवान बाबा फलाई हाथ खड़ा कर दे राजे बाबा जी ला दो रेफरी राजा बाबा फलाई चलो तो ते मीता डूम छड़ी मीते हाथ खड़ा कर दी पहलवान जल्दी अखाड़े दे विच आ जाओ पहलवान जज करके पेपर मत रहा आ पहलवान जल्दी नाल कुलवीर मान सम्मान एक बंदे सर सम्मान वाले जो जी ढांगे ने कुलदीप सिंह जी सरपंच पपराली तो सरदार कुलवीर कुलदीप सिंह जी सरपंच पपराली तो पहुंचे ने बहुत बहुत धन्यवाद ते नाल ही अगली जड़ी कुश्ती है जज करके पम्मा दराहा पम्मे हाथ खड़ा कर दी पम्मा की तरह भी चलो चलो सामने पाली पहला खड़ा ਗੁਰਸੇਵਕ ਮੁਸ਼ਕਾਬਾਦ ਮਨਪ੍ਰੀਤ ਬੇੜਵਾਲ ਗੁਰਸੇਵਕ ਮੁਸ਼ਕਾਬਾਦ ਇਹ ਪਹਿਲਵਾਨ ਜਲਦੀ ਆ ਜਿਹੜਾ ਖਾੜੇ ਦੇ ਵਿੱਚ ਆ ਜਾਓ ਪਹਿਲਵਾਨ ਆ ਵੀ ਗੁਰਸੇਵਕ ਮੁਸ਼ਕਾਬਾਦ ਦੇ ਮਨਪ੍ਰੀਤ ਬੇੜਵਾਲ ਇਹ ਪਹਿਲਵਾਨ ਜਿਹੜੇ ਬਿਲਕੁਲ ਤਿਆਰ ਬੱਚਿਆ ਰਹਿਣਗੇ ਕਹਿੰਦਾ ਢੋਲ ਵਜੇ ਤੁੱਪਾ ਪੰਜਾਬੀ ਚੁੱਕਣ ਲੱਗਦੇ ਨੇ ਵਿੱਚ ਤਰਿੰਜਣਾ ਚੜਨਾ ਦੇ ਨੱਚਣ ਲੱਗਦੇ ਨੇ ਅੰਬਰਾ ਤੱਕ ਜਾਏ ਸ਼ੋਰ ਕਰਦੇ ਵੱਜੀ ਅੱਡੀ ਦਾ ਕਿ ਮੈਂ ਹਾਂ ਪੁੱਤ ਪੰਜਾਬੀ ਸ਼ੌਕ ਮੈਨੂੰ ਕੁਸ਼ਤੀ ਤੇ ਕਬੱਡੀ ਦਾ ਦੂਰ ਤੇ ਖਿੱਚ ਹੋਣੀ ਹੈ ਇੱਧਰ ਤੇ ਮੈਦਾਨ ਦੇ ਵਿੱਚ ਚੱਲਦੀ ਹੋਈ ਚੱਲਦੀਆਂ ਹੋਈਆਂ ਕੁਸ਼ਤੀਆਂ ਇਹਨਾਂ ਨੌਜਵਾਨਾਂ ਦਰਮਿਆਨ ਹੈ ਅਗਲੀ ਕੁਸ਼ਤੀ ਜਿਹੜੀ ਹੁਣ ਚੱਲੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਵਾਰ ਹੱਥ ਖੜਾ ਕਰਦੇ ਜੋ ਸੇਵਕ ਮੁਸ਼ਕਾਬਾਦ ਹੈ ਤੇ ਮਨਪ੍ਰੀਤ ਹੱਥ ਖੜਾ ਕਰਦੀ ਮਨਪ੍ਰੀਤ ਬੇੜਵਾਲ
ਇਹਨਾਂ ਦੇ ਦਰਮਿਆਨ ਜਿਹੜੀ ਕੁਸ਼ਤੀ ਹੋਣੀ ਹੈ ਇਹ ਨੋਟ ਕਰਦੇ ਆਇਓ, ਇਹ ਵੀ ਨੋਟ ਕਰਦੇ ਆਇਓ। ਲਓ ਅਗਲੀ ਕੁਸ਼ਤੀ ਨਾ ਪਹਿਲਵਾਨ ਦਰਮਿਆਨ ਹੋਣੀ ਹੈ। ਲਓ ਅਗਲੀ ਜਿਹੜੀ ਕੁਸ਼ਤੀ ਹੋਣੀ ਹੈ, ਪਹਿਲਵਾਨ ਧਿਆਨ ਦਿਓ, ਅਗਲੀ ਜਿਹੜੀ ਕੁਸ਼ਤੀ ਹੋਣੀ ਹੈ ਦੀਪਕ ਮੁੱਲਾ ਪਰ ਸਾਡੇ ਸਾਡੇ ਪਹਿਲਵਾਨ ਇਹ ਬਿਲਕੁਲ ਤਿਆਰ ਬਤਿਆਰੇ ਹੋ, ਇਹ ਪਹਿਲਵਾਨ ਵੀ ਜਿਹੜੇ ਬਿਲਕੁਲ ਤਿਆਰ ਬਤਿਆਰੇ ਹੋ। ਉੱਧਰ ਜੀਵਨ ਮੈਂ ਵੀ ਸਾਡੇ ਨਾਲ ਲਾਈਵ ਜੀ ਦਾ ਭਰਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ। ਜੀਵਨ ਮੈਂ ਵੀ ਦਿਲਾਵਰ ਪਰ ਦਾ ਜਿਹੜਾ ਕੁਸ਼ਤੀ ਦੰਗਲ ਹੈ 9 ਤਰੀਕ ਹੋਏਗੀ, ਉਸ ਦੰਗਲ ਦੀ ਨੋਟ ਕਰਦੇ ਆਈਏ। ਜੱਸਾ ਪੱਟੀ ਪੁੱਜੇਗਾ ਅਜੇ ਕਾਰਨ ਆ ਰੂਪਲ ਚੋਟੀ ਦੇ ਮਨ ਜਿਹੜੇ ਪੁੱਜ ਰਹੇ ਆ ਵੀ ਨੋਟ ਕਰਦੇ ਜਾਈਏ। ਹਵਾ ਕਿ ਘੋੜੀਆਂ ਮੋਟਰਸਾਈਕਲਾਂ ਦੀ ਗੱਲ ਬਣੀ ਹੈ ਦਿਲਾਵਰ ਪਰ ਦੀ ਧਰਤੀ ਤੇ ਆ ਜਾਓ ਦੋਨੋਂ ਪਹਿਲਵਾਨ ਜੱਸਾ ਪਹਿਲਵਾਨ ਤੇ ਛੋਟਾ ਸੋਨੂ ਇੱਕ ਵਾਰ ਸਟੇਜ ਤੇ ਆ ਜਾਓ। ਬੇਨਤੀ ਹੈ ਛੋਟਾ ਸੋਨੂ ਜੇ ਵਾਸ ਹੁੰਦਾ ਹੈ ਇਹ ਪਹਿਲਵਾਨ ਵੀ ਜਿਹੜੇ ਜਲਦੀ ਨਾਲ ਮੈਦਾਨ ਦੇ ਵਿੱਚ ਜਿਹੜਾ ਪਲੀਜ਼ ਸਟੇਜ ਤੇ ਪੁੱਜਿਓ। ਆ ਜਾ ਪਹਿਲਵਾਨ ਜਲਦੀ ਨਾਲ, ਛੋਟਾ ਸੋਨੂ ਜੇ ਵਾਸ ਹੁੰਦਾ ਹੈ ਉਹ ਵੀ ਪਲੀਜ਼ ਜਲਦੀ ਨਾਲ ਜਿਹੜਾ ਪੁੱਜੇ। ਲਓ ਅਗਲੀ